दोस्तों, आज मैं एक बहुत ही इंपॉर्टेंट विषय उपर अपना जिक्र और फिकर आप सब दे नाल सांझा कर रहा हूं। असीं जानदे हां कि पवित्र गुरु नगरी अमृतसर साहब वास्ते समय समय सिर स्मार्ट सिटी के तहत बहुत सारे वड्डे वड्डे प्रोजेक्ट्स लियांदे गए सी। उन्हां विचों ही एक बड़ा ही इंपॉर्टेंट प्रोजेक्ट सीसीटीवीज का प्रोजेक्ट लियांदा गया सी, जिहदी कीमत लगभग 91 करोड़ सी और उहदे विच 1125 क्लोज सर्किट कैमराज ਜਿਹੜੇ ਵੱਖ-ਵੱਖ ਇੰਟਰਸੈਕਸ਼ਨਸ ਵੱਖ-ਵੱਖ ਚੌਂਕਸ ਔਰ ਵੱਖ-ਵੱਖ ਇੰਪੋਰਟੈਂਟ ਪਲੇਸਿਸ ਔਰ ਪੁਆਇੰਟਸ ਦੇ ਉੱਤੇ ਲਗਾਏ ਜਾਣੇ ਸੀ ਔਰ ਇਸ ਦਾ ਇਨੋਗਰੇਸ਼ਨ ਇਫਤਤਾਹ ਜਿਹੜਾ ਉਹ ਪਿਛਲੇ ਸਾਲ 13 ਅਗਸਤ 2022 ਦੇ ਵਿੱਚ ਲੋਕਲ ਬਾਡੀ ਮਿਨਿਸਟਰ ਵੱਲੋਂ ਕਰ ਦਿੱਤਾ ਗਿਆ ਸੀ। ਪਰ ਇਸ ਦੇ ਤਹਿਤ ਹੀ ਇਸ ਵੇਲੇ ਮੌਜੂਦਾ ਸੂਰਤ ਹਾਲ ਅੰਮ੍ਰਿਤਸਰ ਦਾ ਉਹ ਜਿਸ ਸਮਤ ਵੱਲ ਜਾ ਰਿਹਾ, ਜਿਸ ਡਾਇਰੈਕਸ਼ਨ ਵੱਲ ਜਾ ਰਿਹਾ, ਉੱਥੋਂ ਦੇਖ ਕੇ ਇਹ ਪ੍ਰਤੀਤ ਹੋ ਰਿਹਾ ਕਿ ਜਿਵੇਂ ਬਾਕੀ ਸਾਰੇ ਸਮਾਰਟ ਸਿਟੀ ਪ੍ਰੋਜੈਕਟਸ ਕੰਪਲੀਟ ਫੇਲੀਅਰ ਵੱਲ ਗਏ ਆ, ਇਹ ਵੀ ਵੱਡੇ ਸਟੇਟ ਐਕਸਚੇਕਰ ਨੂੰ ਵਰਤਦਿਆਂ ਹੋਇਆਂ ਲਗਭਗ 91 ਕਰੋੜ ਰੁਪਈਆ ਵਰਤਦਿਆਂ ਹੋਇਆਂ ਇਹ ਪ੍ਰੋਜੈਕਟ ਵੀ ਕਿਸੇ ਉਸੇ ਡਾਇਰੈਕਸ਼ਨ ਵੱਲ ਨਾ ਤੁਰ ਜਾਵੇ, ਇਹ ਵੀ ਪ੍ਰੋਜੈਕਟ ਕਿਤੇ ਕੰਪਲੀਟ ਫੇਲੀਅਰ ਵੱਲ ਨਾ ਤੁਰ ਜਾਵੇ। ਇੱਕ ਏਦਾਂ ਦਾ ਪ੍ਰੋਜੈਕਟ ਜਿਹਦੇ ਤਹਿਤ ਜੇ ਮੈਂ ਆਪ ਜੀ ਨੂੰ ਦੱਸਾਂ ਤੇ ਬਹੁਤ ਵੱਡੇ ਵੱਡੇ ਤਰੀਕਾਕਾਰ ਅਪਣਾ ਕੇ 241 ਲਾਈਵ ਕਵਰੇਜ ਸੀਸੀਟੀਵੀ ਕੈਮਰਾਜ਼ ਦੇਣੇ ਸੀ, 50 ਬਾਡੀ ਡਿਟੈਕਸ਼ਨ ਕੈਮਰਾਜ਼ ਦੇਣੇ ਸੀ ਜਿਹਦੇ ਵਿੱਚ ਫੇਸ ਰਿਕੋਗਨੀਸ਼ਨ ਤੱਕ ਜ਼ਰੂਰ ਹਾਜ਼ਰ ਹੋਣੀ ਸੀ, ਕੋਈ 10 LED ਸਕਰੀਨਸ ਕਈ ਚੌਂਕਾਂ ਦੇ ਵਿੱਚ ਇੱਦਾਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਕ ਬੜੇ ਇੰਪੋਰਟੈਂਟ ਸ਼ਹਿਰ ਵਾਸਤੇ ਮੈਸੇਜਸ ਫਲੈਸ਼ ਕਰਨੇ ਸੀ, ਔਰ ਬਹੁਤ ਸਾਰਾ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਜਿਹੜਾ ਇਹਦੇ ਵਿੱਚ ਆਉਣਾ ਸੀ ਔਰ ਬਹੁਤ ਸਾਰੇ ਵਹੀਕਲ ਫਲੋਜ਼ ਨੂੰ ਮੋਨੀਟਰ ਕਰਨਾ ਸੀ, ਕਿੱਦਾਂ ਕ੍ਰਾਈਮ ਨੂੰ ਘਟਾਇਆ ਜਾਵੇ, ਕਿੱਦਾਂ ਕ੍ਰਿਮੀਨਲਸ ਤੇ ਰੋਕਥਾਮ ਕੀਤੀ ਜਾਵੇ, ਕਿੱਦਾਂ ਇਲੀਗਲ ਐਕਟੀਵਿਟੀਜ਼ ਨੂੰ ਸ਼ਹਿਰ ਦੇ ਵਿੱਚ ਰੋਕਿਆ ਜਾਵੇ, ਇਹ ਸਾਰੀਆਂ ਗੱਲਾਂ ਡਿਟੈਕਸ਼ਨ ਐਂਡ ਪ੍ਰੀਵੈਂਸ਼ਨ ਆਫ ਕ੍ਰਾਈਮ ਜਿਹੜੀ ਆ ਇਸ ਸੀਸੀਟੀਵੀ ਪ੍ਰੋਜੈਕਟ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਬੜੀ ਆਸਾਨੀ ਨਾਲ ਲਾਗੂ ਹੋ ਸਕਦੀ ਸੀ। ਅੰਮ੍ਰਿਤਸਰ ਜਿੱਥੇ ਅੱਜ ਡਕੈਤੀਆਂ ਬੜੀਆਂ ਆਸਾਨੀ ਦੇ ਨਾਲ ਹੋ ਰਹੀਆਂ, ATMs ਲੁੱਟੇ ਜਾ ਰਹੇ, ਲਾਅ ਐਂਡ ਆਰਡਰ ਦੀ ਸਥਿਤੀ ਬੜੀ ਵੱਡੇ ਟਰਮਲ ਦੇ ਵਿੱਚ ਹੈਗੀ ਆ, ਇਲੀਗਲ ਕੰਸਟਰਕਸ਼ਨਸ ਦੀ ਭਰਮਾਰ ਹੈ, ਟ੍ਰੈਫਿਕ ਕਿਓਸ ਦੀ ਭਰਮਾਰ ਆ, ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਬੈਡ ਐਲੀਮੈਂਟਸ ਦੀ ਐਕਟੀਵਿਟੀ ਨੂੰ ਚਲਾਉਣ ਵਾਸਤੇ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਵਾਸਤੇ ਇੱਕ ਸੇਫ ਹੈਵਨ ਦਾ ਰੂਪ ਮੌਜੂਦਾ ਸਥਿਤੀ ਦੇ ਵਿੱਚ ਬਣਿਆ ਹੋਇਆ। ਔਰ ਇਹ ਸਾਰਾ ਸੀਸੀਟੀਵੀ ਪ੍ਰੋਜੈਕਟ ਵਾਲਡ ਸਿਟੀ ਔਰ ਆਊਟਸਕਰਟ ਆਫ ਦਾ ਸਿਟੀ ਇਹਦੇ ਵਿੱਚ ਇਹ ਲਾਗੂ ਹੋਣਾ ਸੀ, ਪਰ ਅੱਜ ਇਹ ਦੇਖਣ ਨੂੰ ਸਾਨੂੰ ਮਿਲ ਰਿਹਾ ਕਿ ਜਿਹੜਾ ਇਹ ਪ੍ਰੋਜੈਕਟ ਹੈਗਾ ਜਿਹੜਾ ਕਿ 9 ਮਹੀਨਿਆਂ ਦੇ ਵਿੱਚ ਕੰਪਲੀਟ ਹੋਣ ਵਾਲਾ ਪ੍ਰੋਜੈਕਟ ਸੀ, ਇਸ ਦੀ ਡੈਡਲਾਈਨ ਜਿਹੜੀ ਆ ਪਿਛਲੇ ਸਾਲ ਦਸੰਬਰ ਦੇ ਵਿੱਚ ਬੀਤ ਗਈ, ਅਜੇ ਤੱਕ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਔਰ ਲਗਭਗ 200 ਦੇ ਕਰੀਬ ਹੀ ਸਿਰਫ ਕੈਮਰਾ ਜਿਹੜੇ ਇੰਟਰਲਿੰਕ ਸਾਰਾ ਐਡਮਿਨਿਸਟ੍ਰੇਸ਼ਨ ਨੂੰ ਕਰ ਪਾਈ ਆ ਔਰ ਇੱਕ ਕੰਪਨੀ ਕਰ ਪਾਈ ਆ। ਔਰ ਉਸ ਤੋਂ ਵੀ ਇੰਪੋਰਟੈਂਟ ਜਿਹੜੀ ਗੱਲ ਇਹ ਹੈਗੀ ਆ ਕਿ ਜਿਹੜਾ ਈ ਚਲਾਨ ਸਿਸਟਮ ਸਾਡੇ ਐਡਮਿਨਿਸਟ੍ਰੇਸ਼ਨ ਵੱਲੋਂ, ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਅਮਲ ਦਰਾਮਦ ਦੇ ਵਿੱਚ ਲਿਆਉਣਾ ਸੀ, ਜਿਹਦੇ ਨਾਲ ਟ੍ਰੈਫਿਕ ਸਮੱਸਿਆ ਨੂੰ ਬੜੀ ਵੱਡੀ ਮੈਂ ਕਹਿ ਸਕਦਾ ਕਿ ਰੋਕਥਾਮ ਮਿਲ ਜਾਣੀ ਸੀ ਔਰ ਟ੍ਰੈਫਿਕ ਮੁਲਾਜ਼ਮੀ ਨੂੰ ਬੜਾ ਵੱਡਾ ਸੁੱਖ ਦਾ ਸਾਹ ਆਉਣਾ ਸੀ ਕਿ ਆਟੋਮੈਟਿਡ ਸਿਸਟਮ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਚਲਾਨ ਜਿਹੜੇ ਲੋਕਾਂ ਦੇ ਘਰ ਜਾਣੇ ਸੀ ਔਰ ਟ੍ਰੈਫਿਕ ਨੂੰ ਬੜੇ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਜਾ ਸਕਦਾ ਸੀ। ਉਹ ਵੀ ਸਾਰਾ ਸਿਸਟਮ ਮੈਨੂੰ ਲੱਗਦਾ ਕਿ ਅਜੇ ਤੱਕ ਕਲੈਪਸ ਹੁੰਦਾ ਪ੍ਰਤੀਤ ਹੋ ਰਿਹਾ। ਮੇਰੀ ਨਜ਼ਰ ਦੇ ਨਜ਼ਦੀਕ ਮੈਨੂੰ ਖਦਸ਼ਾ ਇਸ ਗੱਲ ਦਾ ਹੈ, ਚਿੰਤਾ ਇਸ ਗੱਲ ਦੀ ਆ ਕਿ ਜਿਵੇਂ ਬਾਕੀ ਸਾਰੇ ਸਮਾਰਟ ਸਿਟੀ ਪ੍ਰੋਜੈਕਟਸ ਦਾ ਹਾਲ ਵੱਧ ਤੋਂ ਬਦਤਰ ਹੁੰਦਾ ਗਿਆ, ਬੰਦ ਹੁੰਦੇ ਗਏ, ਕੋਲੈਪਸ ਹੁੰਦੇ ਗਏ, ਕਿਤੇ ਇਹ ਵੀ ਬੜਾ ਇੰਪੋਰਟੈਂਟ ਪ੍ਰੋਜੈਕਟ ਜਿਹੜਾ ਸ਼ਹਿਰ ਵਾਸੀਆਂ ਦੀ, ਟੂਰਿਸਟ ਦੀ, ਨੈਸ਼ਨਲ ਇੰਟਰਨੈਸ਼ਨਲ ਵਿਜ਼ਟਰਸ ਦੀ,
ਸੇਫਟੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਦੇ ਵਿੱਚ ਆਇਆ ਸੀ, ਕਿਤੇ ਇਸ ਪ੍ਰੋਜੈਕਟ ਦਾ ਹਾਲ ਵੀ ਉਦਾਂ ਦਾ ਹੀ ਨਾ ਹੋ ਜਾਏ, ਕਿਉਂਕਿ ਜਿਹੜੀ ਕੰਪਨੀ ਨੂੰ ਇਹ ਸਾਰਾ ਕੰਟਰੈਕਟ ਦਿੱਤਾ ਗਿਆ ਸੀ ਮੇਨਟੇਨੈਂਸ ਦਾ ਔਰ ਸਾਰੀ ਇਹਨਾਂ ਨੂੰ ਕਿਸ ਤਰ੍ਹਾਂ ਦੇਖਭਾਲ ਕਰਨੀ ਉਸ ਚੀਜ਼ ਦਾ, ਉਹ ਵੀ ਲਗਭਗ 4 ਸਾਲ ਦਾ, ਔਰ 1-1.5 ਸਾਲ ਤਾਂ ਇਸ ਗੱਲ ਤੇ ਹੀ ਹੋ ਗਿਆ ਕਿ ਇਹ ਪ੍ਰੋਜੈਕਟ ਅਜੇ ਤੱਕ ਸ਼ੁਰੂ ਹੀ ਨਹੀਂ ਹੋ ਸਕਿਆ। ਔਰ ਇਨਕੰਪਲੀਟ ਪ੍ਰੋਜੈਕਟ ਦਾ ਇਨੋਗਰੇਸ਼ਨ ਕਰਨਾ, ਇਫਤਤਾਹ ਕਰਨਾ, ਇਹ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਸ਼ਰਮਿੰਦਗੀ ਦਾ ਬਾਇਸ ਬਣਾਉਂਦਾ। ਸੋ ਇਸ ਕਰਕੇ ਅਜੇ ਤੱਕ ਇੱਦਾਂ ਦੇ ਸਿਸਟਮ ਨੂੰ ਲਾਗੂ ਹੀ ਨਾ ਕਰ ਪਾਉਣਾ, ਇਹ ਸਿੱਧਾ ਸਿੱਧਾ ਦੱਸਦਾ ਹੈ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੱਡੀ ਵੱਡੀ ਲੀਡਰਸ਼ਿਪ ਕ੍ਰਾਈਸਿਸ ਇਸ ਵੇਲੇ ਚੱਲ ਰਹੀ ਹੈ। ਸਾਡੇ ਅੰਮ੍ਰਿਤਸਰ ਦੇ ਬਹੁਤ ਸਾਰੇ ਇੱਦਾਂ ਦੇ ਲੀਡਰਾਂ ਨੇ ਜਿਨ੍ਹਾਂ ਦਾ ਜ਼ਿਆਦਾ ਧਿਆਨ ਵਪਾਰਾਂ ਵੱਲ ਹੈ, ਅਤੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਸਕਦਾ ਕਿ ਅੰਮ੍ਰਿਤਸਰ ਦੇ ਬਹੁਤ ਸਾਰੇ ਲੀਡਰਸ, ਪੁਰਾਣੇ ਲੀਡਰਸ ਇੱਦਾਂ ਦੇ ਨੇ ਜਿਹੜੇ ਕਿ ਬੰਚ ਆਫ ਜੋਕਰਸ ਐਂਡ ਕਲੈਕਸ਼ਨ ਆਫ ਈਡੀਅਟਸ, ਜਿਨ੍ਹਾਂ ਨੇ ਅੰਮ੍ਰਿਤਸਰ ਗੁਰੂ ਨਗਰੀ ਵਾਸਤੇ ਕੋਈ ਇੱਦਾਂ ਦੇ ਉਪਰਾਲੇ ਨਹੀਂ ਕੀਤੇ ਕਿ ਜਿਹੜਾ ਅੰਮ੍ਰਿਤਸਰ ਨੂੰ ਅੱਛੀ ਤਰ੍ਹਾਂ ਡਿਵੈਲਪ ਕੀਤਾ ਜਾਂਦਾ, ਅੰਮ੍ਰਿਤਸਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟਸ ਜਿਹੜੇ ਲੱਗ ਗਏ ਆ ਉਹਨਾਂ ਨੂੰ ਬਚਾਇਆ ਜਾਂਦਾ, ਅੰਮ੍ਰਿਤਸਰ ਵਾਸਤੇ ਕੋਈ ਵਿਜ਼ਨਰੀ ਕੰਮ ਕੀਤੇ ਜਾਂਦੇ। ਸੋ ਇਹਨਾਂ ਸਾਰੇ ਪ੍ਰੋਜੈਕਟਸ ਦਾ ਡੈੱਡ ਹੋਣ ਦਾ, ਕਲੈਪਸ ਹੋਣ ਦਾ ਸਿੱਧਾ ਨਤੀਜਾ ਇਹ ਨਿਕਲਦਾ ਹੈ ਕਿ ਇਹਦਾ ਸਿੱਧਾ ਸਿੱਧਾ ਅਸਰ ਔਰ ਨੁਕਸਾਨ ਜਿਹੜਾ ਗਰੀਬ ਤਬਕੇ ਨੂੰ ਜਾਂਦਾ, ਮਿਹਨਤ ਕਸ਼ ਲੋਕਾਂ ਨੂੰ ਜਾਂਦਾ, ਸਰਵਿਸਮੈਨ ਲੋਕਾਂ ਨੂੰ ਜਾਂਦਾ, ਨੌਕਰੀ ਪੇਸ਼ੇ ਵਾਲਿਆਂ ਤੋਂ ਲੈ ਕੇ ਸਟੂਡੈਂਟਸ ਨੂੰ ਜਾਂਦਾ। ਕਿੱਦਾਂ ਤੁਸੀਂ ਦੇਖ ਲਓ, BRTS ਦੇ ਵਿੱਚ ਬੱਚੇ ਸਕੂਲ ਦੇ ਕਾਲਜਿਸ ਦੇ ਟਰੈਵਲ ਕਰਦੇ ਸੀ, 40,000 ਦੇ ਕਰੀਬ ਪੈਸੰਜਰ ਉੱਥੋਂ ਮੂਵ ਕਰਦੇ ਸੀ, ਕਿੰਨੀ ਆਸਾਨੀ ਸੀ। ਔਰ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਗੈਂਗਵਾਰਸ ਦੇ ਵਿੱਚ ਵਾਧਾ ਹੋ ਰਿਹਾ, ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਘਟੀਆ ਇਸ ਵੇਲੇ ਚੱਲ ਰਹੀ ਆ, ਅੰਮ੍ਰਿਤਸਰ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਬਣਦਿਆਂ ਹੀ 16 ਮਹੀਨਿਆਂ ਦੇ ਵਿੱਚ ਲਗਭਗ 4 ਪੁਲਿਸ ਕਮਿਸ਼ਨਰ ਤਬਦੀਲ ਕਰ ਦਿੱਤੇ ਗਏ, ਕਾਰਪੋਰੇਸ਼ਨ ਕਮਿਸ਼ਨਰਸ ਤਬਦੀਲ ਕਰ ਦਿੱਤੇ ਗਏ। ਕਿੰਨੇ ਬਦਤਰੀਨ ਹਾਲਾਤ ਬਣ ਗਏ ਆ ਕਿ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਦੇ ਸਾਰੇ ਪ੍ਰੋਜੈਕਟਸ ਨੂੰ ਫੇਲ ਹੁੰਦਿਆਂ ਬਚਾ ਹੀ ਨਹੀਂ ਪਾ ਰਹੀ। ਸੋ ਇਸ ਕਰਕੇ ਮੇਰੇ ਨਜ਼ਰ ਦੇ ਨਜ਼ਦੀਕ ਇਹ ਬਹੁਤ ਮੰਦਭਾਗੀ ਗੱਲ ਆ ਕਿ ਜਿੱਥੇ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਈ ਚਲਾਨ ਸਿਸਟਮ ਵੀ ਲਾਗੂ ਕਰਨਾ ਸੀ, ਉੱਥੇ ਐਡਮਿਨਿਸਟ੍ਰੇਸ਼ਨ ਇਹ ਸਾਰੇ ਕੰਮਾਂ ਨੂੰ ਲਾਗੂ ਕਰਨ ਦੇ ਉੱਤੇ ਕੰਪਲੀਟ ਫੇਲੀਅਰ ਬਣ ਗਈ। ਨਵੇਂ ਬ੍ਰਿਜਸ ਬਣਾਉਣ ਦੇ ਵਿੱਚ ਫੇਲੀਅਰ ਬਣ ਗਈ, ਕਈ ਪੁਰਾਣੇ ਬ੍ਰਿਜ ਆ ਜਿਹੜੇ ਟੁੱਟੇ ਭੱਜੇ ਆ ਉਹਨੂੰ ਨਵਾਂ ਬਣਾ ਹੀ ਨਹੀਂ ਪਾ ਰਹੇ, ਹਿੰਮਤ ਹੀ ਨਹੀਂ ਪੈ ਰਹੀ। ਔਰ ਤੁਸੀਂ ਇਹ ਦੇਖੋ ਕਿ ਇਸ ਤੋਂ ਵੀ ਇੰਪੋਰਟੈਂਟ ਜਿਹੜੀ ਗੱਲ ਹੈਗੀ ਆ ਕਿ ਜਿਹੜੇ ਈ ਚਲਾਨ ਸਿਸਟਮ ਆ ਉਹ ਜਲਦ ਤੋਂ ਜਲਦ ਜੇ ਲਾਗੂ ਹੋਣੇ ਚਾਹੀਦੇ ਸੀ, ਤੇ 30 December 2022 ਵੀ ਇਹਦੀ ਡੈਡਲਾਈਨ ਸੀ, ਉੱਥੋਂ ਤੱਕ ਵੀ ਇਹ ਚੀਜ਼ ਨਹੀਂ ਕਰ ਪਾਏ। ਇਹ ਐਡਮਿਨਿਸਟ੍ਰੇਸ਼ਨ ਦੱਸੇ ਕਿ ਇਹ ਉਸ ਕੰਪਨੀ ਨੂੰ ਕਿ ਉਹਨਾਂ ਨੇ ਨੋਟਿਸ ਸਰਵ ਕੀਤਾ, ਔਰ ਇਹ ਪ੍ਰੋਜੈਕਟ ਆਲਰੇਡੀ 6 ਸਾਲ ਡਿਲੇ ਦੇ ਵਿੱਚ ਚੱਲ ਰਿਹਾ ਸੀ। ਜੇ ਇਹ ਸਾਰੇ ਪ੍ਰੋਜੈਕਟਸ ਦਾ ਇਹੋ ਹੀ ਹਾਲ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਕਰ ਦੇਣਾ, ਐਡਮਿਨਿਸਟ੍ਰੇਸ਼ਨ ਨੇ ਕਰ ਦੇਣਾ, ਸੋ ਕਾਲਡ ਲੀਡਰਸ ਨੇ ਕਰ ਦੇਣਾ, ਪਰ ਬਿਆਨਾਂ ਦੇ ਵਿੱਚ ਤੁਸੀਂ ਦੇਖ ਲਓ ਵੱਡੀਆਂ ਵੱਡੀਆਂ ਗੱਲਾਂ ਕਿ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਜਿਹੜਾ ਲੋਕਾਂ ਨੂੰ ਸਰਵਿਲੈਂਸ ਸੇਵਾ ਦਊਗਾ, ਮੋਬਾਈਲ ਸੇਵਾ ਦਊਗਾ, ਪਬਲਿਕ ਐਡਰੈਸਿੰਗ ਦਊਗਾ, ਇਨਵਾਇਰਮੈਂਟਲ ਪ੍ਰੋਗਰਾਮਸ ਜਿਹੜੇ ਆ ਇਸ ਪ੍ਰੋਜੈਕਟ ਦੇ ਤਹਿਤ ਲੋਕਾਂ ਨੂੰ ਦੱਸੇ ਜਾਣਗੇ। ਸੋ ਇਹ ਸਾਰੀਆਂ ਗੱਲਾਂ ਜੇ ਨਹੀਂ ਕਰ ਪਾ ਰਹੇ ਤੇ ਇਹਦੀ ਜਵਾਬਦੇਹੀ ਅਕਾਊਂਟੇਬਿਲਟੀ ਕਿਸ ਬੰਦੇ ਦੀ ਹੈ? ਸੋ ਇਸ ਕਰਕੇ ਇਹ ਸਿੱਧਾ ਸਿੱਧਾ ਸਾਨੂੰ ਸਮਝ ਆ ਰਿਹਾ ਕਿ ਇਹਦੇ ਵਿੱਚ ਕਿੰਨਾ ਵੱਡਾ ਪੋਲੀਟੀਕਲ ਔਰ ਲੀਡਰਸ਼ਿਪ ਕ੍ਰਾਈਸਿਸ ਅੰਮ੍ਰਿਤਸਰ ਦੇ ਲੋਕਾਂ ਨੂੰ ਦੇਖਣ ਨੂੰ ਮਿਲਦਾ ਹੈ, ਕਿੱਡਾ ਵੱਡਾ ਵੋਇਡ ਇਸ ਵੇਲੇ ਅੰਮ੍ਰਿਤਸਰ ਦੇ ਲੋਕਾਂ ਲਈ ਕ੍ਰੀਏਟ ਹੋ ਗਿਆ। ਔਰ ਜੇ ਇਹ ਪ੍ਰੋਜੈਕਟਸ ਦਾ ਹਾਲ ਇੱਦਾਂ ਹੀ ਹੁੰਦਾ ਜਾਊਗਾ ਤੇ ਅੰਮ੍ਰਿਤਸਰ ਦੀ ਜਨਤਾ ਦਾ, ਪਬਲਿਕ ਦਾ ਵਾਲੀ ਵਾਰਸ ਕੌਣ ਹੈ? ਔਰ ਉਹਨਾਂ ਦੇ ਖੂਨ ਪਸੀਨੇ ਦੀ ਮਿਹਨਤ ਮੁਸ਼ਕਤ ਦੀ ਕਮਾਈ ਦਾ ਸਟੇਟ ਐਕਸਚੇਕਰ ਤੁਸੀਂ ਆਪ ਦੇਖੋ ਕਿ ਕੋਈ ਛੋਟਾ ਬੱਚਾ ਜੇ ਟੋਫੀ ਵੀ ਖਰੀਦਦਾ ਤੇ ਉਹਦੇ ਉੱਤੇ ਵੀ ਉਹ ਟੈਕਸ ਪੇ ਕਰਦਾ, ਤੇ ਗਰੀਬ ਆਵਾਮ ਦਾ ਪੇਟ ਫਾੜ ਕੇ ਮੈਂ ਕਹਾਂਗਾ
ਕਿ ਜਿਹੜਾ ਖੂਨ ਪਸੀਨੇ ਦੀ ਮਿਹਨਤ ਮੁਸ਼ਕਤ ਕਮਾਈ ਦੀ ਜਿਹੜਾ ਸਟੇਟ ਐਕਸਚੇਕਰ ਬਣਦਾ ਟੈਕਸ ਦੇ ਨਾਲ ਉਹਨੂੰ ਇਸ ਤਰ੍ਹਾਂ ਮਲੀਆ ਮੇਟ ਕਰੀ ਜਾ ਰਹੇ ਨੇ। ਸੋ ਇਸ ਕਰਕੇ ਆਲ ਇਨ ਆਲ ਜੇ ਇਹਨਾਂ ਨੇ ਸਾਰੇ ਪ੍ਰੋਜੈਕਟਸ ਦੇ ਹਾਲਾਤ ਇਹੋ ਹੀ ਬਣਾਉਣੇ ਆ ਤਾਂ ਬਹੁਤ ਸ਼ਰਮਿੰਦਗੀ ਦੀ ਗੱਲ ਆ। ਮੈਂ ਤਾਂ ਸਿੱਧਾ ਸਿੱਧਾ ਇਹ ਗੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਪੁੱਛਣਾ ਚਾਹੁੰਦਾ, ਮੈਂਬਰ ਪਾਰਲੀਮੈਂਟ ਨੂੰ ਵੀ ਪੁੱਛਣਾ ਚਾਹੁੰਦਾ, ਉਹ ਸਾਰੇ ਲੀਡਰਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਤੂੰ ਇਧਰ ਉਧਰ ਕੀ ਨਾ ਬਾਤ ਕਰ, ਤੂੰ ਬਤਾ ਕਿ ਕਾਫਿਲਾ ਕਿਉਂ ਲੁਟਾ, ਮੁਝੇ ਰਹਿਜਨੋ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ। ਕਿ ਤੁਸੀਂ ਇਹ ਸਾਰੇ ਹੀ ਇੰਨੇ ਇੰਨੇ ਵੱਡੇ ਹਲਕੇ ਸੰਭਾਲ ਕੇ ਬੈਠੇ ਹੋ, ਪੂਰਾ ਸ਼ਹਿਰ ਸੰਭਾਲ ਕੇ ਬੈਠੇ ਹੋ, ਐਡਮਿਨਿਸਟ੍ਰੇਸ਼ਨ ਦੇ ਵਿੱਚ ਵੱਡੇ ਵੱਡੇ ਅਫਸਰਾਂ ਬੈਠੇ ਨੇ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਬੈਠੇ ਨੇ, ਪੰਜਾਬ ਸਰਕਾਰ ਬੈਠੀ, ਭਗਵੰਤ ਸਿੰਘ ਮਾਨ ਕਿੱਡੇ ਵੱਡੇ ਵੱਡੇ ਦਾਅਵੇ ਕਰਦੇ, ਪਰ ਔਨ ਗਰਾਊਂਡ ਲੋਕਾਂ ਦੇ ਹੱਕਾਂ ਦੇ ਉੱਤੇ ਇਸ ਤਰ੍ਹਾਂ ਡਾਕਾ ਪੈ ਰਿਹਾ, ਲੋਕਾਂ ਦੀਆਂ ਨੌਕਰੀਆਂ ਇਸ ਤਰ੍ਹਾਂ ਖੋਹੀਆਂ ਜਾ ਰਹੀਆਂ, ਜੇ ਪ੍ਰੋਜੈਕਟਸ ਬੰਦ ਹੁੰਦੇ ਆ ਡਰਾਈਵਰਸ ਦੇ ਘਰਾਂ 'ਚ ਰੋਟੀ ਖਾਣ ਨੂੰ ਨਹੀਂ ਹੈਗੀ, ਕੰਡਕਟਰਸ ਦੇ ਘਰਾਂ ਦੇ ਵਿੱਚ ਰੋਟੀ ਖਾਣ ਨੂੰ ਨਹੀਂ ਹੈਗੀ, ਟਿਕਟ ਕਲੈਕਟਰਸ ਦੇ ਘਰਾਂ 'ਚ ਰੋਟੀ ਖਾਣ ਨੂੰ ਨਹੀਂ ਹੈਗੀ, ਜਿਹੜੇ ਮਕੈਨਿਕਸ ਆ ਉਹ ਬੇਰੁਜ਼ਗਾਰ ਹੋ ਗਏ। ਇਸੇ ਤਰੀਕੇ ਦੇ ਨਾਲ ਜਿਹੜੇ ਅਗਲੇ ਪ੍ਰੋਜੈਕਟਸ ਡੁੱਲੇ ਬਿਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ, ਜੇ ਉਹਨਾਂ ਪ੍ਰੋਜੈਕਟਸ ਨੂੰ ਦੁਬਾਰਾ ਚਲਾਇਆ ਜਾ ਸਕਦਾ, ਰੀਵਿਊ ਕੀਤਾ ਜਾ ਸਕਦਾ ਤੇ ਕਰਨ, ਔਰ ਜਿਹੜੇ ਅਗਲੇ ਲਾਗੂ ਹੋਣੇ ਆ ਜਿਨ੍ਹਾਂ ਦੀ ਡੈਡਲਾਈਨ ਪਿਛਲੇ ਸਾਲ ਹੀ ਬੀਤ ਗਈ, ਜੇ ਤੁਹਾਡੇ ਲੱਤਾਂ ਦੇ ਅੰਦਰ ਇੰਨੀ ਵੀ ਜਾਨ ਹੈ ਨਹੀਂ ਕਿ ਉਹਨਾਂ ਪ੍ਰੋਜੈਕਟਸ ਨੂੰ ਹੁਣ ਚਲਾਇਆ ਜਾ ਸਕੇ ਸੁਚਾਰੂ ਢੰਗ ਦੇ ਨਾਲ, ਤੇ ਫਿਰ ਇਸ ਸ਼ਾਸਨ ਨੂੰ ਚਲਾਉਣ ਦਾ ਫਾਇਦਾ ਕੀ ਹੈ। ਔਰ ਇਸ ਤੋਂ ਵੀ ਇੰਪੋਰਟੈਂਟ ਗੱਲ ਜੇ ਮੈਂ ਕਰਾਂ ਕਿ ਇਹ ਆਈਡੈਂਟੀਫਿਕੇਸ਼ਨ ਕਰਨ ਦੀ ਲੋੜ ਹੈ ਅੰਮ੍ਰਿਤਸਰ ਗੁਰੂ ਨਗਰੀ ਦੇ ਬਾਸ਼ਿੰਦਿਆਂ ਨੂੰ, ਨਾਗਰਿਕਾਂ ਨੂੰ, ਕਿ ਉਹਨਾਂ ਦੇ ਇਸ ਸਮਾਜ ਦੇ ਵਿੱਚ ਮੁਆਸ਼ਰੇ ਦੇ ਵਿੱਚ ਕਾਲੀਆਂ ਭੇਡਾਂ ਲੀਡਰਾਂ ਦੇ ਰੂਪ ਦੇ ਵਿੱਚ ਔਰ ਐਡਮਿਨਿਸਟ੍ਰੇਸ਼ਨ ਦੇ ਰੂਪ ਦੇ ਵਿੱਚ ਕੌਣ ਹੈ, ਕਿਹੜੇ ਲੀਡਰ ਇਹੋ ਜਿਹੇ ਨੇ ਜਿਹੜੇ ਇਹ ਸਮਾਰਟ ਸਿਟੀ ਪ੍ਰੋਜੈਕਟਸ ਨੂੰ ਮਲੀਆ ਮੇਟ ਕਰ ਰਹੇ ਨੇ, ਕਿਹੜੇ ਲੀਡਰਾਂ ਦਾ ਹੱਥ ਹੈ BRTS ਨੂੰ ਖਤਮ ਕਰਨ ਦੇ ਵਿੱਚ, ਕਿਹੜੇ ਲੀਡਰਾਂ ਦਾ ਹੱਥ ਹੈ ਸਿਟੀ ਸਰਵਿਸ ਨੂੰ ਖਤਮ ਕਰਨ ਦੇ ਵਿੱਚ, ਕਿਹੜੇ ਲੀਡਰਾਂ ਦਾ ਹੱਥ ਹੈ, ਕਿਹੜੇ ਐਡਮਿਨਿਸਟ੍ਰੇਟਰਸ ਦਾ ਹੱਥ ਹੈ, ਆਫਿਸਰਸ ਦਾ ਹੱਥ ਆ ਜਿਨ੍ਹਾਂ ਨੇ ਅਜੇ ਤੱਕ CCTV ਕੈਮਰਾਜ਼ ਜਿਹੜਾ ਪ੍ਰੋਜੈਕਟ ਆ ਸਮਾਰਟ ਸਿਟੀ ਦੇ ਤਹਿਤ ਉਹ ਪੂਰਾ ਨਾ ਹੋਣ ਤੇ ਸਵਾਲ ਹੀ ਨਹੀਂ ਉਠਾਏ, ਕਿਹੜੇ ਲੀਡਰਸ ਔਰ ਅਫਸਰਾਂ ਨੂੰ ਉਹ ਨੇ ਜਿਨ੍ਹਾਂ ਨੇ ਅਜੇ ਤੱਕ ਇਹ ਗੱਲ ਹੀ ਨਹੀਂ ਕੀਤੀ ਕਿ ਇਹ ਪ੍ਰੋਜੈਕਟ ਕੰਪਲੀਟ ਕਿਉਂ ਨਹੀਂ ਹੋਇਆ, ਇਹ ਸਿਰਫ ਉਹ ਪ੍ਰੋਜੈਕਟ ਫੇਲ ਹੋ ਰਿਹਾ ਜਾਂ ਇਨਕੰਪਲੀਟ ਹੋ ਰਿਹਾ ਜਿਨ੍ਹਾਂ ਦਾ ਸਿੱਧਾ ਸਿੱਧਾ ਫਾਇਦਾ ਆਮ ਆਵਾਮ ਨੂੰ ਹੋਣਾ ਸੀ, ਨਾਗਰਿਕਾਂ ਨੂੰ ਹੋਣਾ ਸੀ, ਗਰੀਬ ਲੋਕਾਂ ਨੂੰ ਹੋਣਾ ਸੀ। ਇਹਨਾਂ ਬੇਸ਼ਰਮ ਲੀਡਰਾਂ ਦੇ ਆਪਣੇ ਸੁਰੱਖਿਆ ਪ੍ਰਬੰਧ, ਆਪਣੀ ਰਾਜਨੀਤੀ, ਆਪਣੀ ਵੱਡੀ ਵੱਡੀ ਸਿਕਿਉਰਿਟੀ ਕਾਫਲੇ, ਆਪਣੇ ਕੈਵਲਕੇਡਸ, ਵੱਡੀਆਂ ਕਾਰਾਂ ਦੇ ਕਾਫਲੇ ਲੈ ਕੇ ਸੜਕਾਂ 'ਤੇ ਤਾਂ ਨਿਕਲ ਜਾਂਦੇ ਆ, ਪਰ ਜੇ ਕੋਈ ਗਰੀਬ ਸ਼ਰੀਫ ਮਜ਼ਲੂਮ ਨਾਗਰਿਕ ਸੜਕ 'ਤੇ ਤੁਰਿਆ ਜਾਂਦਾ ਹੋਵੇ, ਉਹਦੇ ਨਾਲ ਲੁੱਟ ਹੋ ਜੇ, ਸਨੈਚਿੰਗ ਹੋ ਜੇ, ਐਕਸੀਡੈਂਟ ਹੋ ਜੇ, ਉਹਦੀਆਂ ਚੀਜ਼ਾਂ ਰਿਕਵਰ ਕਰਨ ਵਾਸਤੇ, ਉਹਦਾ ਕੇਸ ਬਣਾਉਣ ਵਾਸਤੇ, ਪ੍ਰੋਪਰ ਐਵੀਡੈਂਸ ਇਕੱਠਾ ਕਰਨ ਵਾਸਤੇ ਇਹਨਾਂ ਕੋਲ CCTV ਅੰਮ੍ਰਿਤਸਰ ਦਾ ਪ੍ਰੋਜੈਕਟ ਵੀ ਨਹੀਂ ਚਲਾਇਆ ਜਾ ਰਿਹਾ। ਸੋ ਮੈਂ ਜ਼ਿਆਦਾ ਨਹੀਂ ਇਹਨਾਂ ਦੇ ਖਿਲਾਫ ਕੋਈ ਇੱਦਾਂ ਦੀ ਇਹਨਾਂ ਦੀ ਦਿਲ ਅਜ਼ਾਰੀ ਕਰਨਾ ਚਾਹੁੰਦਾ, ਇਹਨਾਂ ਨੂੰ ਹੋਰ ਸ਼ਰਮਸਾਰ ਕਰਨਾ ਚਾਹੁੰਦਾ, ਪਰ ਮੈਂ ਸਿਰਫ ਤੇ ਸਿਰਫ ਇੱਕ ਮੈਸੇਜ ਜ਼ਰੂਰ ਭੇਜਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ CCTV ਪ੍ਰੋਜੈਕਟ ਸਮਾਰਟ ਸਿਟੀ ਦੇ ਤਹਿਤ ਆਇਆ ਉਹ ਜਲਦ ਤੋਂ ਜਲਦ ਸ਼ੁਰੂ ਕਰਨਾ ਚਾਹੀਦਾ, ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਲੋਕਾਂ ਦੀ ਸੇਫਟੀ ਸਿਕਿਉਰਿਟੀ ਲਾਅ ਐਂਡ ਆਰਡਰ ਨੂੰ ਬਹੁਤ ਪੱਕੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ, ਔਰ ਇਹ ਵੀ ਪ੍ਰੋਜੈਕਟ ਦਾ ਹਾਲ ਉਹੋ ਹੀ ਨਾ ਹੋ ਜਾਵੇ ਜਿਹੜਾ ਬਾਕੀ ਸਮਾਰਟ ਸਿਟੀ ਪ੍ਰੋਜੈਕਟਸ ਦਾ ਹੋਇਆ। ਇੰਨਾ ਹੀ ਕਹਿੰਦੇ ਹੋਏ ਮੈਂ ਆਪ ਸਭ ਕੋਲੋਂ ਇਜਾਜ਼ਤ ਮੰਗਦਾ, ਧੰਨਵਾਦ।